जनरल ऑफ इंडिया सैन फ्रांसिस्को ने कैलिफोर्निया के सेलमा शहर के कौंसलेट वीजा कैंप लगाया। इस कैंप के 100 तो वध लोगों ने शमूलियत की, पासपोर्ट वीजा OCI होर सेवावां दीआं अर्जियां दित्तियां ते अपने काम करवाए। यह कौंसलेट कैंप सवेरे 9 बजे तो लैके शाम के 5 बजे तक चलिया। कौंसलेट दफ्तर के कौंसल जनरल डॉक्टर स्पीकर रेडी और उन्होंने स्टाफ ਅਤੇ VFS ਦੇ ਸਟਾਫ ਮੈਂਬਰ ਵੀ ਆਏ ਜਿਨ੍ਹਾਂ ਨੇ ਸਾਰਾ ਦਿਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਦੂਰ ਵੀ ਕੀਤੀਆਂ। ਕੌਂਸਲ ਜਨਰਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਉਹ ਇਸ ਅਹੁਦੇ ਉੱਤੇ ਨੇ ਉਹ ਕਿਸੇ ਵੀ ਵਿਅਕਤੀ ਨੂੰ ਵੀਜ਼ਾ, ਪਾਸਪੋਰਟ ਜਾਂ OCI ਦੀ ਮੁਸ਼ਕਲ ਨਹੀਂ ਆਉਣ ਦੇਣਗੇ। ਉਹਨਾਂ ਆਖਿਆ ਕਿ ਇਹ ਸਾਰੀਆਂ ਸੇਵਾਵਾਂ ਤੁਹਾਡੇ ਸਭ ਲਈ ਬਹੁਤ ਆਸਾਨ ਬਣਾਵਾਂਗੇ। ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਕੈਲੀਫੋਰਨੀਆ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ। ਇਹ ਕੈਂਪ ਸੈਲਮਾ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਅਤੇ ਪਾਲ ਸਹੋਤਾ, ਗੁਰਮੀਤ ਸਿੰਘ ਗਾਜੀਆਣਾ ਰਾਣਾ ਗਿੱਲ, ਚਰਨ ਅਤੇ ਇੰਡੋ ਅਮੈਰੀਕਨ ਹੈਰੀਟੇਜ ਐਸੋਸੀਏਸ਼ਨ ਦੀ ਮਦਦ ਦੇ ਨਾਲ ਨੇਪਰੇ ਚੜਿਆ। ਇਸ ਕੈਂਪ ਦੀ ਮੀਡੀਆ ਕਵਰੇਜ ਸਾਂਝੀ ਸੋਚ TV ਅਤੇ ਰੋਜ਼ਾਨਾ ਅਖਬਾਰ ਦੇ CEO ਬੂਟਾ ਸਿੰਘ ਬਾਸੀ ਨੇ ਕੀਤੀ। ਜਿਨ੍ਹਾਂ ਲੋਕਾਂ ਨੇ ਸਿਆਸੀ ਸ਼ਰਨ ਲਈ ਹੋਈ ਹੈ ਜਾਂ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹਨ ਜਾਂ ਜਿਨ੍ਹਾਂ ਦੀਆਂ ਅਰਜ਼ੀਆਂ ਪੈਂਡਿੰਗ ਨੇ, ਉਹਨਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਮੌਕੇ ਇਹਨਾਂ ਸੇਵਾਵਾਂ ਦਾ ਲਾਭ ਲਿਆ, ਜਿਨ੍ਹਾਂ ਨੂੰ ਬਹੁਤ ਹੀ ਜਲਦੀ ਪਾਸਪੋਰਟ ਵੀ ਹੁਣ ਮਿਲ ਜਾਣਗੇ।